फिल्म का ना बेस्ट पार्ट होंगे है म्यूजिक तो इस तो अलावा कोई नहीं दस सकते भाजी फिल्म का म्यूजिक किमें का म्यूजिक अच्छा सी मोटिव बेसिकली मोटिवेशनल गाने से ज़्यादा जिदा का सब्जेक्ट है ना उदा के सिचुएशनल गाने ज़्यादा सी मोटिवेशनल सैड एंड एनर्जी वाले सो अच्छे से तुम्हें ओवरऑल फिल्म किमें लगी मोटिवेशन मिली कोई तुम्हें या एक बंदा कैंसर तो यू नो फाइट बैक करके आ रहा है दैन वो वापस स्पोर्ट्स च आ रहा है जिंदा ज्यादा जागदा एग्जाम्पल साढ़े सामने युवराज सिंह है ये बेसिकली लांस आर्मस्ट्रांग की लाइफ से बनी हुई फिल्म है तुम्हें पता ही होना लांस आर्मस्ट्रांग जिन्होंने जो साइकिलिस्ट सी तो बहुत अच्छा सब्जेक्ट है यार इदा के सब्जेक्ट बनने चाहिए जिदा कि हरदीप की डेब्यू मूवी सी ये तुम्हें किमें लग रहा कि डेब्यू के अकॉर्डिंग काम बिल्कुल ठीक हो हरदीप ने बहुत सोहना काम किया स्पैशली जो ट्रांसफॉर्मेशन है ना वो ट्रांसफॉर्मेशन बहुत ज़्यादा मतलब कमेंडेबल है क्योंकि बहुत औखा होंगे ट्रांसफॉर्म तुम अगर ओवरऑल रेटिंग करनी हो पाँच फिल्म में किन्ने स्टार दो साढ़े वालों तो पाँच ही है अच्छा असं थोड़े गाने भी बैक टू बैक सुन रहे म्यूजिक के फिल्मों का थोड़ा कोई म्यूजिक आ रहा हूँ हाँ जी दो तीन फिल्मों का म्यूजिक किया जो जो टाइम आएगा फिर उदो तो दसांगा थैंक यू सो मच भाजी या भाजी कि लगी फिल्म बहुत गुड मूवी बेस्ट पार्ट जी आवे भाई के फिल्म दे बेस्ट पार्ट लगा बेस्ट पार्ट तो ही है जो बैक होया हो कैंसर तो बाद जो आया वो बहुत हौसला मिला थैंक यू ए बंदे मैं कभी नहीं छोड़ सकता अच्छा पहली बार इन्होंने मैं कैमरे से घेर रहा ना देखो मेरे अपने अपने रुमाल उतार दो शक्लां दिखा दो ਡੈਵੀ ਬਾਈ ਤੇ ਸੁਖ ਬਾਈ ਦੇਖ ਵੀਰੇ ਅਸੀਂ ਕਿੰਨਾ ਚਲੋ ਪਿਆਰ ਹੈਗਾ ਸਾਡਾ ਨਾ ਆਫਸਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਲੇਕਿਨ ਮਾਈਕ ਤੁਹਾਨੂੰ ਦੇ ਦੇਣਾ ਮੈਂ ਨਹੀਂ ਮੈਂ ਨਾ ਬੋਲਦਾ ਘੱਟ ਹੀ ਬੋਲਦਾ ਓਕੇ ਤੋ ਅਸੀਂ ਫਸਟ ਮੈਂ ਕੈਮਰੇ ਦੇ ਉੱਪਰ ਇਕੱਠੇ ਹੋ ਰਹੇ ਮਿਲ ਫਿਲਮ ਕਿਵੇਂ ਲੱਗੀ ਫਿਲਮ ਬਹੁਤ ਸੋਹਣੀ ਹੈ ਬਹੁਤ ਸੋਹਣੀ ਤੁਹਾਨੂੰ ਤੁਸੀਂ ਤਾਂ ਆਪ ਦੇਖੀ ਹੋਣੀ ਬਹੁਤ ਸੋਹਣੀ ਮੂਵੀ ਨਜ਼ਾਰਾ ਆ ਗਿਆ ਮੋਟੀਵੇਸ਼ਨਲ ਮੂਵੀ ਹੈ ਮੈਂ ਤਾਂ ਅੱਜ ਤਾਂ ਵੈਸੇ ਵੀ ਅੱਜ ਕੱਲ੍ਹ ਥੋੜ੍ਹਾ ਸਪੋਰਟਸ ਵੱਲ ਜ਼ਿਆਦਾ ਹੋਇਆ ਮੈਂ ਤੁਹਾਨੂੰ ਪਤਾ ਹੈ ਨਾ ਅਤੇ ਗੈਰੀ ਬਾਈ ਵੀ ਸਾਡੇ ਨਾਲ ਹੀ ਖੇਡਦਾ ਫੁੱਟਬਾਲ ਸਾਡੇ ਅਸੀਂ ਇਕੱਠੇ ਖੇਡਦੇ ਹਾਂ ਅਤੇ ਸਾਨੂੰ ਤਾਂ ਆਲਰੇਡੀ ਪਤਾ ਸੀ ਮਤਲਬ ਕਿ ਮੂਵੀ ਕੀ ਹੈ ਬਟ ਦੇਖ ਕੇ ਹੋਰ ਮਜ਼ਾ ਆਇਆ ਹੋਰ ਨਜ਼ਾਰਾ ਆਇਆ ਹੋਰ ਅਸੀਂ ਅਸੀਂ ਖੁਦ ਹੋਰ ਮੋਟੀਵੇਟ ਹੋ ਗਏ ਇਸ ਚੀਜ਼ 'ਤੇ ਗੈਰੀ ਬਾਈ ਤਿਆਰੀਆਂ ਵੀ ਕਰਦੇ ਰਹੇ ਹੋ ਹਨਾ ਬਾਈ ਹੁਣਾਂ ਦੇ ਨਾਲ ਤੁਸੀਂ ਫੁੱਟਬਾਲ ਸਵੇਰੇ ਖੇਡਣ ਜਾਂਦੇ ਹੋ ਜਦੋਂ ਮੂਵੀ ਦੀ ਗੱਲ ਹੁੰਦੀ ਸੀ ਕਿਹੜੀਆਂ ਕਿਹੜੀਆਂ ਗੱਲਾਂ ਤੁਹਾਨੂੰ ਕਰਦੇ ਹੁੰਦੇ ਸੀ ਉਹਨਾਂ ਨੇ ਆਪਣਾ ਸਾਰਾ ਦੱਸਿਆ ਸ਼ੁਰੂ ਤੋਂ ਕਿਉਂਕਿ ਅੱਧੀ ਚੀਜ਼ਾਂ ਮੂਵੀ 'ਚ ਨਹੀਂ ਹੈਗੇ ਜਿਹੜੀਆਂ ਉਹਨਾਂ ਨੇ ਸਾਨੂੰ ਦੱਸੀਆਂ ਨੇ ਵੀ ਅਸੀਂ ਕਿੱਦਾਂ ਸ਼ੂਟ ਕੀਤਾ ਜਨਾਬ ਨੂੰ ਵੱਧ ਬਤਾਊਗਾ ਨਹੀਂ ਵਧੀਆ ਬਹੁਤ ਸੋਹਣਾ ਕੰਮ ਕੀਤਾ ਹਰਦੀਪ ਨੂੰ ਮੈਂ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਕਿ ਇੰਨੀ ਮਿਹਨਤ ਮੈਨੂੰ ਨਹੀਂ ਲੱਗਦਾ ਕੋਈ ਐਕਟਰ ਕਰਦਾ ਹੋਏਗਾ ਐਡਾ ਮਤਲਬ ਇਹੋ ਜਿਹੇ ਸਬਜੈਕਟ ਜਿਹੜੇ ਸੋਚੇ ਜਾ ਸਕਦੇ ਨਹੀਂ ਹੁੰਦੇ ਪਰ ਉਸਨੇ ਕਰਕੇ ਦਿਖਾਇਆ ਉਸ ਬੰਦੇ ਨੇ ਕਿਆ ਮਿਹਨਤ ਕੀਤੀ ਹੈ ਅਤੇ ਮਤਲਬ ਮਾਂ ਲੂ ਗੰਢੇ ਖੜੇ ਹੁੰਦੇ ਆ ਇੱਕ ਸੋਚ ਕੇ ਵੀ ਅਤੇ ਉਸ ਬੰਦੇ ਨੇ ਸਕਰੀਨ 'ਤੇ ਕਰਕੇ ਦਿਖਾਇਆ ਇੱਕ ਮਿੰਟ ਵੀ ਜਿਹੜੀ ਹੈ ਤੁਹਾਡੀ ਨਜ਼ਰ ਜਿਹੜੀ ਇੱਧਰ ਉੱਧਰ ਨਹੀਂ ਹੁੰਦੀ ਇੰਨਾ ਬੰਨ ਕੇ ਰੱਖਦੀ ਹੈ ਫਿਲਮ ਅਤੇ ਐਡਾ ਉਤਸ਼ਾਹ ਵਧਾਉਂਦੀ ਹੈ ਸਾਰੇ ਬੰਦਿਆਂ ਦਾ ਜਿਹੜੇ ਮਤਲਬ ਇਸ ਪੀਰੀਅਡ ਦੇ ਵਿੱਚੋਂ ਲੰਘ ਰਹੇ ਨੇ ਜਾਂ ਮਤਲਬ ਕਦੇ ਉਹ ਆਵੇ ਕਿਸੇ 'ਤੇ ਰੱਬ ਨਾ ਕਰੇ ਨਾ ਆਵੇ ਅਤੇ ਪਰ ਉਹਨੂੰ ਐਂ ਬੂਸਟ ਅਪ ਕਰੇਗੀ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਅਤੇ ਮੈਂ ਧੰਨ ਭਾਗ ਸਮਝਦਾ ਆਪਣੇ ਆਪ ਨੂੰ ਕਿ ਮੈਂ ਇਸ ਸਬਜੈਕਟ ਨਾਲ ਜੁੜਿਆ ਇਸ ਫਿਲਮ ਨਾਲ ਜੁੜਿਆ ਬਹੁਤ ਬਹੁਤ ਵਧਾਈਆਂ ਸਾਰੀ ਟੀਮ ਤਕਰੀਬਨ ਡੇਢ ਸਾਲ ਬਾਅਦ ਜਾ ਕੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਵਾਪਸੀ ਕਰ ਰਹੀ ਹੈ ਹਨਾ ਤਾਂ ਲੱਗਦਾ ਕਿ ਵਧੀਆ ਵਾਪਸੀ ਹੋਈ ਥੀਏਟਰ ਅਗਰ ਦੇ ਰਹੇ ਦੁਰਸਤ ਹੈ ਬੈਸਟ ਵਾਪਸੀ ਹੋਈ ਹੈ ਕਿਉਂਕਿ ਸਾਨੂੰ ਇਹ ਮਤਲਬ ਸ਼ੁਰੂਆਤ ਨਹੀਂ ਹੋ ਸਕਦੀ ਦੇਖਣ ਦੀ ਬੇਸਿਕਲੀ ਹਨਾ ਬੜਾ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਯਾਦ ਵੀ ਨਹੀਂ ਲਾਸਟ ਫਿਲਮ ਦੇਖੀ ਕਿਹੜੀ ਕਿਸੇ ਨੂੰ ਵੀ ਨਹੀਂ ਯਾਦ ਆਉਣਾ ਇੰਨੇ ਟਾਈਮ ਪਹਿਲਾਂ ਦੀ ਸੀ ਬਟ ਆਹ ਇੱਕ ਜਿਹੜਾ ਦੁਬਾਰਾ ਤੋਂ ਸਟਾਰਟਅਪ ਹੋਇਆ ਬਹੁਤ ਬੈਸਟ ਬਹੁਤ ਘੈਂਟ ਬਹੁਤ ਮੋਟੀਵੇਸ਼ਨਲ ਹੋਇਆ ਅੱਛਾ ਮੂਵੀ ਆਪਣੀ ਵੀ ਆ ਰਹੀ ਹੈ ਵੀਰੇ ਦਰਾਓ ਪਹਿਲਾਂ ਆਪਣੀ ਮੂਵੀ ਵੀ ਆ ਕੇ ਥੀਏਟਰ ਫਾਈਨਲੀ ਖੁੱਲ ਗਿਆ ਠੀਕ ਹੈ ਤੇ ਕਦੋਂ ਤੱਕ ਉਮੀਦ ਹੈਗੀ ਵੈਸੇ ਹੁਣ ਸਾਡੀ ਜਦੋਂ ਲੋਕਡਾਊਨ ਲੱਗਿਆ ਨਾ ਮਾਰਚ 'ਚ ਅਪ੍ਰੈਲ ਮਈ 'ਚ ਸਾਡੀ ਰਿਲੀਜ਼ਿੰਗ ਸੀਗੀ ਉਸ ਚੀਜ਼ ਦੀ ਹੈ ਨਾ ਅਤੇ ਉਹ ਹੁਣ ਰੱਬ ਨੂੰ ਪਤਾ ਹੀ ਜੇ ਇਹ 2017 ਤੋਂ ਬਣਦੀ ਆ ਰਹੀ ਹੈ ਇਹ ਹੁਣ ਆਈ ਹੈ ਨਾ ਅਤੇ ਸਾਡੀ ਤਾਂ 2019 'ਚ ਉਦੋਂ ਬਣੀ ਕੰਪਲੀਟ ਹੋਈ ਸੀਗੀ ਬਟ ਐਂ ਵੀ ਹੋਪ ਸੋ 2021 ਦੇ ਵਿੱਚ ਅਸੀਂ 2021 ਦੇ ਐਂਡ ਤੱਕ ਕਰਦੀ ਹੈ ਉੱਲੂ ਦੇ ਪੱਠੇ ਸਾਡੀ ਉਹਦੇ ਲਈ ਪੋਸਿਬਲ ਸਾਡੀ ਮੋਟੀਵੇਸ਼ਨਲ ਨਹੀਂ ਸਾਡੀ ਕਾਮੇਡੀ ਹੋ ਜਿੱਦਾਂ ਸਾਡੇ ਗਾਣੇ ਅੱਛਾ ਖਲਾਰਾ ਕੌਣ ਵੱਧ ਪਾਉਣ ਵਾਲਾ ਫਿਲਮ ਥੋੜਾ ਸਸਪੈਂਸ ਪਾ ਦਈਏ ਥੋੜਾ ਜਿਹਾ ਰਿਵੀਲ ਕਰ ਦਈਏ ਖਲਾਰਾ ਵੱਧ ਗੁਰੀ ਦਾ ਅੱਜ ਮੈਂ ਥੋੜਾ ਜਿਹਾ ਗੁਰੀ ਮਿਸਿੰਗ ਹੈ ਕੋਈ ਚੱਕਰ ਨਹੀਂ ਹਾਂ ਜੀ ਹਾਂ ਅਸੀਂ ਤਿੰਨ ਜਣੇ ਆ ਨਾ ਇਕੱਠੇ ਕਰਨੇ ਔਖੇ ਬੜੇ ਹੋ ਜਾਂਦੇ ਆ ਕਦੇ ਕੋਈ ਨਹੀਂ ਵੇਲਾ ਕਦੇ ਕੋਈ ਨਹੀਂ ਵੇਲਾ ਚਲੋ ਵੀਰੇ ਥੈਂਕ ਯੂ ਸੋ ਮਚ ਮੁਲਾਕਾਤ ਕਰਾਂਗੇ ਵਿਸ਼ ਯੂ ਗੁੱਡ ਲੱਕ ਉੱਲੂ ਦੇ ਪੱਠੇ ਦੇ ਲਈ ਥੈਂਕ ਯੂ ਸੋ ਮਚ